ਉਧਰ ਮਥੁਰਾ ਨੇੜੇ ਯਮੁਨਾ ਐਕਸਪ੍ਰੈਸ ਵੇ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਏਮਜ਼ ਦਿੱਲੀ ਦੇ 3 ਡਾਕਟਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 4 ਡਾਕਟਰ ਜ਼ਖਮੀ ਹੋ ਗਏ ਨੇ। ਮਿਲੀ ਜਾਣਕਾਰੀ ਅਨੁਸਾਰ ਏਮਜ਼ ਦਿੱਲੀ ਦੇ 7 ਡਾਕਟਰ ਇਨੋਵਾ ਗੱਡੀ ਤੇ ਨਵੀਂ ਦਿੱਲੀ ਤੋਂ ਆਗਰਾ ਜਾ ਰਹੇ ਸਨ। ਇਹਨਾਂ ਦੀ ਤੇਜ਼ ਰਫ਼ਤਾਰ ਗੱਡੀ ਕੰਟਰੈਕਟਰ ਵਿੱਚ ਜਾ ਵੜੀ ਹੈ, ਜਿਸ ਕਾਰਨ ਹਾਦਸੇ ਵਿੱਚ 3 ਡਾਕਟਰਾਂ ਦੀ ਮੌਕੇ ਤੇ ਹੀ ਦਮ ਤੋੜ ਦਿੱਤਾ ਹੈ, ਜਦਕਿ ਬਾਕੀ 4 ਡਾਕਟਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਵਿੱਚ ਗੰਭੀਰ ਰੂਪ ਤੋਂ ਜ਼ਖਮੀ 4 ਲੋਕਾਂ ਨੂੰ ਪੁਲਿਸ ਨੇ ਏਮਜ਼ ਦਿੱਲੀ ਭੇਜਿਆ ਹੈ। ਮ੍ਰਿਤਕਾਂ ਵਿੱਚ ਫਾਜ਼ਿਲਕਾ ਦਾ ਡਾਕਟਰ ਯਸ਼ਪ੍ਰੀਤ ਸਿੰਘ ਕਾਟਪਾਲ ਵੀ ਸ਼ਾਮਿਲ ਹੈ, ਜੋ ਸਿਰਫ 25 ਸਾਲਾਂ ਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਜ਼ਿਲਕਾ ਵਿੱਚ ਸੋਗ ਦੀ ਲਹਿਰ ਛਾ ਗਈ ਹੈ।